ਅੱਛਾ ਯਾਰ, ਬਿੱਟੂ ਨੂੰ ਲਾਵਾਂ ਫੋਨ, ਪੁੱਛਾਂ ਯਾਰ ਕੀ ਬਣਿਆ ਕੰਮ ਦਾ। ਹੈਲੋ, ਹਾਂ ਬਿੱਟੂ ਕਿੱਦਾਂ? ਅੱਛਾ, ਚੱਲੀ ਜਾਂਦਾ ਕੰਮ? ਕਿਉਂ? ਚੱਲ ਕੋਈ ਨਹੀਂ, ਮੈਂ ਮੋਰਨਿੰਗ ਆ ਜਾਊਂਗਾ, ਸਵੇਰੇ 6 ਵਜੇ ਆ ਜਾਊਂਗਾ, ਕੋਈ ਗੱਲ ਨਹੀਂ। ਠੀਕ ਹੈ ਠੀਕ ਹੈ ਠੀਕ ਹੈ, ਓਕੇ 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 ਓਕੇ, ਠੀਕ ਹੈ ਠੀਕ ਹੈ। ਯਾਰ ਬਿੱਟੂ ਦਾ ਫੋਨ ਸੀਗਾ ਅਤੇ ਕੰਮ ਕਰ, ਉਹ ਕਹਿੰਦਾ ਵੀ ਚੱਲੀ ਤਾਂ ਸਹੀ ਜਾਂਦਾ ਪਰ ਥੋੜ੍ਹਾ ਨਾ, ਕਹਿੰਦਾ ਵੀ ਤੁਹਾਨੂੰ ਉੱਪਰ ਰਹਿਣਾ ਪੈਣਾ ਇੱਥੇ ਆ ਕੇ, ਇੱਦਾਂ ਕੰਮ ਬੰਦੇ ਕਰਦੇ ਨੇ। ਤੁਹਾਨੂੰ ਪਤਾ ਹੈ ਅੱਜ ਕੀ ਹੈ? ਅੱਜ ਮੈਨੂੰ ਲੱਗਦਾ ਤੇਰਾ ਬਰਥਡੇ ਨਹੀਂ। ਬਰਥਡੇ ਨਹੀਂ, ਹੋਰ ਕੁਛ ਅੱਜ? ਹੋਰ ਫਿਰ ਮੈਨੂੰ ਐਂ ਲੱਗਦਾ ਵੀ ਮੇਰਾ ਬਰਥਡੇ ਨਾ ਹੋਵੇ। ਨਹੀਂ, ਹੋਰ ਕੁਛ ਆ। ਅੱਛਾ 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 ਅੱਛਾ, ਮੈਨੂੰ ਯਾਦ ਆ ਗਿਆ, ਮੈਨੂੰ ਲੱਗਾ ਅੱਜ ਆਪਣੀ ਪਰੀ ਦਾ ਬਰਥਡੇ ਹੈ। ਉਹ ਨਹੀਂ, ਤੁਹਾਨੂੰ ਕੁਛ ਯਾਦ ਵੀ ਰਹਿੰਦਾ ਕਦੇ ਕੁਛ? ਕਮਾਲ ਹੈ ਯਾਰ, ਅੱਜ ਕੀ ਹੋ ਸਕਦਾ ਹੈ? ਮੰਨੂ ਦਾ ਬਰਥਡੇ ਮੈਨੂੰ ਅੱਜ ਤਰੀਕ ਹੋ ਗਈ ਕਿੰਨੀ, 13 ਜੂਨ ਹੈ। ਮੇਰਾ ਵੀ ਬਰਥਡੇ ਨਹੀਂ, ਪਰ ਮੈਨੂੰ ਐਂ ਲੱਗਦਾ ਯਾਰ ਅੱਜ ਇਹਦੇ ਭਰਾ ਦਾ ਬਰਥਡੇ ਹੈ, ਮੈਨੂੰ ਲੱਗਦਾ। ਅਤੇ ਉੱਥੇ ਜਾਣ ਨੂੰ ਨਾ ਕਹਿੰਦੀ ਹੋਵੇ, ਮੈਂ ਪੁੱਛਦਾ ਯਾਰ ਜਾ ਕੇ, ਮੈਨੂੰ ਲੱਗਦਾ ਗੁੱਸੇ ਹੋ ਗਈ ਯਾਰ। ਓਹੋ, ਇਹ ਤਾਂ ਇੱਥੇ ਖੜੀ ਹੈ, ਚੱਲ ਪੁੱਛਦਾ। ਹੁਣ ਮੈਨੂੰ ਯਾਦ ਆ ਗਿਆ ਅੱਜ ਤੇਰੇ ਭਰਾ ਦਾ ਬਰਥਡੇ ਆ, ਚੱਲ ਜਲਦੀ ਜਲਦੀ ਤਿਆਰ ਹੋ ਕੇ ਚੱਲਦੇ ਹਾਂ ਆਪਾਂ। ਤੁਹਾਨੂੰ ਨਾ ਕਦੇ ਕੁਛ ਯਾਦ ਨਹੀਂ ਰਹਿੰਦਾ, ਪਤਾ ਅੱਜ ਆਪਣੀ ਜ਼ਿੰਦਗੀ ਦਾ ਕਿੰਨਾ ਖਾਸ ਦਿਨ ਹੈ? ਤੁਸੀਂ ਨਾ ਕੰਮਾਂ ਕਾਰਾਂ 'ਚ ਇੰਨਾ ਬਿਜ਼ੀ ਹੋ ਗਏ, ਤੁਹਾਨੂੰ ਕਦੇ ਵੀ ਯਾਦ ਨਹੀਂ ਰਿਹਾ ਵੀ ਆਪਣੀ ਮੈਰਿਜ ਐਨਵਰਸਰੀ ਹੈ। ਓਹੋ, ਮੈਨੂੰ ਯਾਰ ਬਹੁਤ ਬਹੁਤ ਸੋਰੀ ਹੈ। ਕਿੰਨੇ ਸਾਲ ਹੋ ਗਏ, 1 ਸਾਲ 'ਚ ਵੀ ਕਦੇ ਤੁਹਾਨੂੰ ਯਾਦ ਹੋਇਆ ਹੈਗਾ? ਉਹ ਯਾਰ, ਇੱਕ ਤਾਂ ਨਾ ਕੰਮ ਦਾ ਇੰਨਾ ਪ੍ਰੈਸ਼ਰ ਹੈ, ਮੈਂ ਕੀ ਕਰਾਂ ਯਾਰ, ਸਾਰਾ ਦਿਨ ਮੈਨੂੰ ਬੰਦੇ ਕੰਮ ਵਾਲੇ ਫੋਨ 'ਤੇ ਫੋਨ, ਫੋਨ 'ਤੇ ਫੋਨ, ਸਾਰਾ ਦਿਨ ਮੈਂ ਤੇਰੇ ਸਾਹਮਣੇ ਯਾਰ ਕੰਮ 'ਚ ਉਲਝਿਆ ਰਹਿੰਦਾ। ਇੰਨਾ ਵੀ ਨਾ ਕੰਮਾਂ 'ਚ ਉਲਝੋ ਵੀ ਜ਼ਿੰਦਗੀ ਦਾ ਪਤਾ ਹੀ ਨਾ ਹੋਵੇ ਵੀ ਕਿਹੜਾ ਦਿਨ ਆ ਅਤੇ ਕਿਹੜਾ ਨਹੀਂ। ਚੱਲ ਯਾਰ, ਸਾਰੇ ਕੰਮ ਧੰਦੇ ਅੱਜ ਲਈ ਛੱਡੇ ਅਤੇ ਆਪਾਂ ਵਧੀਆ ਜਗ੍ਹਾ 'ਤੇ ਕਿਤੇ ਚੱਲਦੇ ਹਾਂ, ਆਪਣੀ ਮੈਰਿਜ ਐਨਵਰਸਰੀ ਮਨਾਉਂਦੇ ਹਾਂ। ਆ ਜਾਓ ਆਪਾਂ ਚੱਲੀਏ, ਆ ਜਾ ਆ ਜਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਵਰਿੰਦਰ ਰਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਮੰਨੂ। ਸਾਡੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਕਿ ਜਿਹੜੀ ਆਪਣਾ ਪਿੱਛੇ ਪਰਿਵਾਰ ਹੈ, ਕੰਮਾਂ ਕਾਰਾਂ ਨੂੰ ਛੱਡ ਕੇ ਪਰਿਵਾਰ ਦਾ ਵੀ ਧਿਆਨ ਰੱਖਿਆ ਕਰੋ। ਜੋ ਜ਼ਿੰਦਗੀ ਦੇ ਕੋਈ ਖਾਸ ਪਲ ਹੈ ਉਹ ਆਪਣੇ ਪਰਿਵਾਰ ਨਾਲ ਜ਼ਰੂਰ ਬਿਤਾਇਆ ਕਰੋ। ਅਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ, ਲਾਈਕ ਅਤੇ ਕਮੈਂਟ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ, ਥੈਂਕ ਯੂ।